सत श्री अकाल जी सारयां नूं। मैं गुरमीत सिंह चेयरमैन SMC कमेटी सरकारी हाई स्कूल छत्तेणा। मेरे नाल मेरे वीर कुलदीप सिंह जी, नाल मेरे सज्जे हत्थ गुरमीत सिंह बब्बी कोच, कुलदीप सिंह, सुखविंदर सिंह, दिलबाग सिंह, जतेंद्र सिंह काला, अमन सिंह जी ते अपना लवली गिल जी खड़े आ। तो ये सारे ही अते होर सज्जन कहीं अपने काम धंधा तो वेलना होण करके नहीं आ सके। असी अज अपनी टीम हैल्पिंग हैंड पिंड छत्तेणा वालों बच्चियां लई जो कि पिछे खेड रही हैं इन्हां लई अंडर 17 फुटबॉल दी किट्टां बना के दित्तियां। इस तो हफ्ता पहला असी अंडर 14 बॉयज़ फुटबॉल दी किट्टां बना के दित्तियां सीगा। साडे जिहड़े अंडर 14 दे बच्चे आ, तुहानूं दसना चाहुंदे आ कि पिछले साल 4 बच्चे साडे स्टेट लैवल खेडे आ। एक महीना रखदा वी निक्के जिहे पिंड दे विच्चों 4 बच्चों का स्टेट लैवल ते जाणा बहुत वड्डी गल हुंदी आ जी। ते असी इस बार सोचा कि कुड़ियों नूं वी बच्चों मुंडियां दे बराबर ही रखिया सी, इन्हां नूं वी असी किट्टां बना के दित्तियां। तो बच्चियां ने सानूं इन्ना हौसला दिता कि कहिंदियां अंकल असी वी ऐतकी पंजाब लैवल तक जरूर जावांगा। साडा किट्टां बना के देण दा परपज ये है कि असी कोई ये नहीं कहिंदे वी असी कोई फेम लेना चाहुंदे आ। साडा फेम दा कोई ऐसा कोई ओह नहीं हैगा, इंटेंशन नहीं। असी चाहुंदे आ कि बच्चे साडे अगे आउण क्योंकि असी अपने पिंड ते हंडाया साडे इन्हां जो साडे साथी खड़े आ ये तकरीबन ही घट्टो घट 2-3 वार स्टेट लैवल खेडे आ, जिन्हां विचों मैं खुद भी 2 वार फुटबॉल स्टेट लैवल लई खेडिया फुटबॉल, अते 1 वार 3000 मीटर वॉक दे विच स्टेट लैवल गया। सानू कोई गाइड करन वाला नहीं सी, पर असी चाहुंदे आ कि इन्हां बच्चों ते असी पूरा ध्यान देवांगे तां जो ये बच्चे वध तों वध प्राप्तियां कर सकन, अपने पिंड दा, अपने मापिआं दा, अपने स्कूल दा नाम रोशन करन। ਵੀਰੇ ਅਸੀਂ ਇਹ ਨਾ ਜਿਹੜਾ ਬੱਚਿਆਂ ਨੂੰ ਮਤਲਬ ਕਿ ਕਿੱਟਾਂ ਪ੍ਰੋਵਾਈਡ ਕਰਵਾਈਆਂ, ਅਸੀਂ ਅੱਗੇ ਵੀ ਮਤਲਬ ਕਿ ਇਹ ਚਾਹੁੰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਸਾਰੇ ਵੀਰ ਜਿਹੜੇ ਅਸੀਂ ਮਤਲਬ ਕਿ ਗਰੁੱਪ ਬਣਾਇਆ ਹੋਇਆ ਹੈਲਪਿੰਗ ਹੈਂਡ, ਠੀਕ ਹੈ ਛੱਤਿਆਣਾ ਵੀਰੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਤੋਂ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਮਤਲਬ ਕਿ ਹੋਰ ਪ੍ਰਾਪਤੀਆਂ ਕਰਨ 'ਤੇ ਸਹਾਇਤਾ ਕਰ ਸਕੀਏ ਤਾਂ ਜੋ ਸਾਡੇ ਪਿੰਡ ਦਾ ਨਾਮ ਵੀਰੇ ਰੋਸ਼ਨ ਹੋ ਸਕੇ। ਕਿਉਂਕਿ ਜੇ ਇਹ ਖੇਡਣਗੇ ਤਾਂ ਇਹ ਨਸ਼ੇ ਤੋਂ ਦੂਰ ਵੀ ਰਹਿਣਗੇ ਵੀਰੇ, ਅਤੇ ਸਾਡੇ ਪਿੰਡ ਨੂੰ ਵੀ ਪ੍ਰਾਪਤੀਆਂ ਮਿਲਣਗੀਆਂ। ਸਭ ਤੋਂ ਵੱਡੀ ਗੱਲ ਆ ਕਿ ਬੱਚੇ ਜਿਹੜੇ ਅੱਜ ਦੇ ਸਮੇਂ ਖੇਡਦੇ ਆ, ਬੱਚੇ ਬਹੁਤ ਘੱਟ ਖੇਡਦੇ ਵੀਰੇ, ਨਸ਼ੇ ਵੱਲ ਵੱਧ ਜਾਂਦੇ ਆ, ਅਤੇ ਸਾਡਾ ਸਭ ਤੋਂ ਵੱਡਾ ਮਿਹਨਤ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਵੀਰੇ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਸਕੀਏ, ਠੀਕ ਹੈ ਵੀਰੇ। ਅਤੇ ਬਾਕੀ ਆਪਾਂ ਬੱਚਿਆਂ ਨਾਲ ਗੱਲ ਕਰਦੇ ਹਾਂ ਵੀਰੇ, ਆ ਜਾਓ। ਇੱਕ ਗੱਲ ਹੋਰ ਸੀ, ਇੱਕ ਇਹ ਆ ਜੀ, ਸਾਡੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਕਿ ਸਾਡੇ ਬੱਚਿਆਂ ਨੂੰ, ਮੁੰਡਿਆਂ ਅਤੇ ਕੁੜੀਆਂ ਨੂੰ ਖੜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ ਜਸਪਾਲ ਸਿੰਘ ਬਰਾੜ, ਵਿਪਨ ਹੋ ਗਿਆ, ਆਪਣਾ ਜਗਸੀਰ ਸਿੰਘ ਜੀ ਸੀਰਾ ਹੋ ਗਏ ਸੀਨੀਅਰ ਪਲੇਅਰ ਆ, ਜੋ ਵੀ ਸਾ ਇੱਥੇ ਬੱਚਿਆਂ ਨੂੰ ਹੈਂਡਲ ਕਰਦੇ ਆ, ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕਰਦੇ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਬੱਚਿਆਂ ਲਈ ਸਮਾਂ ਦਿੰਦੇ ਆ। ਆ ਜਾਓ ਕੋਲੇ ਇੱਧਰ। ਹਾਂਜੀ, ਮੈਂ ਗੁਰਮੀਤ ਸਿੰਘ ਬੱਬੀ। ਅਸੀਂ ਚਾਹੁੰਦੇ ਹਾਂ ਕਿ ਮੈਂ 3-4 ਵਾਰੀ ਆਪ ਫੁੱਟਬਾਲ ਖੇਡਿਆ, ਸਾਨੂੰ ਗਾਈਡ ਕਰਨ ਵਾਲਾ ਕੋਈ ਹੈ ਨਹੀਂ ਸੀ, ਸਾਡਾ ਮਾਂ ਪਿਓ ਅਨਪੜ੍ਹ ਸੀ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਬੱਚੇ ਸਾਡੀ ਤਰ੍ਹਾਂ ਇਕੱਲੇ ਗਰਾਊਂਡ ਪ੍ਰਤੀ ਇੱਥੇ ਨਾ ਰਹਿ ਜਾਣ, ਅਸੀਂ ਇਹਨਾਂ ਨੂੰ ਬਹੁਤ ਅੰਤਰਰਾਸ਼ਟਰੀ ਪਲੇਅਰ ਬਣਾਉਣਾ, ਇਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਅਤੇ ਬੱਚਿਆਂ ਨੇ ਵੀ ਸਾਨੂੰ ਬਹੁਤ ਹੌਂਸਲਾ ਦਿੱਤਾ ਕਿ ਅਸੀਂ ਸਟੇਟ ਲੈਵਲ, ਸਾਡੀਆਂ ਬੱਚੀਆਂ ਖੇਡੀਆਂ ਹੋਈਆਂ, ਸਾਡੇ ਮੁੰਡੇ ਸਟੇਟ ਲੈਵਲ ਖੇਡੇ ਹੋਏ ਆ, ਉਹ ਕਹਿੰਦੀਆਂ ਵੀ ਅਸੀਂ ਐਤਕੀ ਅੰਕਲ ਨੈਸ਼ਨਲ ਲੈਵਲ ਤੱਕ ਪਹੁੰਚਾਂਗਾ। ਅਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਦਾਨੀ ਸੱਜਣਾਂ ਦਾ, ਜਿਨ੍ਹਾਂ ਨੇ ਸਾਡੀ ਟੀਮ ਦੇ ਵਿੱਚ ਸਾਡਾ ਹਰ ਵਕਤ ਸਹਿਯੋਗ ਦਿੱਤਾ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਕ ਹੋਰ ਹੈ ਜੀ, ਸਾਡੇ ਸਕੂਲ ਦਾ ਵੀ ਸਾਡੇ ਬੱਚਿਆਂ ਨਾਲ ਬਹੁਤ ਲਗਾਵ ਹੈ, ਸਾਡੇ ਜੋ ਪਿਛਲੇ 2-3 ਸਾਲਾਂ ਤੋਂ ਇੰਨਾ ਕੁ ਖੇਡਾਂ ਨੂੰ ਪ੍ਰਮੋਟ ਕਰ ਰਿਹਾ ਸਾਡਾ ਸਕੂਲ ਸਟਾਫ, ਅਸੀਂ ਉਹਨਾਂ ਦੇਣ ਨਹੀਂ ਦੇ ਸਕਦੇ ਗੇ, ਤੁਹਾਡੇ ਚੈਨਲ ਦੇ ਥਰੂ ਅਸੀਂ ਆਪਣੇ ਸਰਕਾਰੀ ਹਾਈ ਸਕੂਲ ਛੱਤਿਆਣਾ ਦਾ ਜੋ ਵੀ ਸਟਾਫ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਜੋ ਕਿ ਸਾਡੇ ਬੱਚਿਆਂ ਲਈ ਇੰਨੀ ਮਿਹਨਤ ਕਰਦੇ ਆ। ਅੱਜ ਕਿੱਟਾਂ ਦਿੱਤੀਆਂ ਗਈਆਂ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅਸੀਂ ਹੈਲਪਿੰਗ ਹੈਂਡ ਗਰੁੱਪ ਨੂੰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਕਿੱਟਾਂ ਦਿੱਤੀਆਂ। ਅਤੇ ਹੁਣ ਮੈਂ ਤੁਹਾਨੂੰ ਟੀਮ ਬਾਰੇ ਦੱਸਾਂਗੀ ਕਿ ਸਾਡੀ ਟੀਮ ਪਹਿਲਾਂ ਸਟੇਟ ਲੈਵਲ ਤੱਕ ਖੇਡ ਕੇ ਆਈ ਹੈ, ਅਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਟੀਮ ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਈਏ ਅਤੇ ਆਪਣੇ ਮਾਂ ਬਾਪ ਅਤੇ ਆਪਣੇ ਪਿੰਡ ਛੱਤਿਆਣਾ। ਠੀਕ ਹੈ ਜੀ, ਅਤੇ ਤੁਸੀਂ ਜਿਹੜੀਆਂ ਸਕੂਲ ਪੱਧਰ 'ਤੇ ਕਿੱਥੋਂ ਤੱਕ ਖੇਡੇ ਰਾਜੇ? ਅਸੀਂ ਸਟੇਟ ਲੈਵਲ ਤੱਕ ਖੇਡੇ ਹਾਂ, ਅਤੇ ਹੁਣ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੀ ਟੀਮ ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਈਏ। ਸਟੇਟ ਲੈਵਲ 'ਤੇ ਕਿੰਨੇ ਵਾਰ ਖੇਡ ਕੇ ਆਏ ਤੁਸੀਂ? ਸਟੇਟ ਲੈਵਲ 'ਤੇ ਅਸੀਂ 2 ਵਾਰ ਖੇਡੇ ਆਏ। ਕਿੰਨੇ ਬੱਚਿਆਂ ਦੀ ਸਿਲੈਕਸ਼ਨ ਹੋਈ ਹੈ ਜੀ? 5-6 ਬੱਚਿਆਂ ਦੀ ਹੋਈ ਸੀਗੀ। 5-6 ਬੱਚਿਆਂ ਦੀ, ਠੀਕ ਹੈ ਜੀ। ਅਤੇ ਜਿਹੜੀਆਂ ਸਕੂਲ ਦੇ ਜਿਹੜੀਆਂ ਟੀਮਾਂ ਗਈਆਂ, ਕਿਹੜੀਆਂ ਗਈਆਂ ਤੁਹਾਨੂੰ ਪਤਾ ਰਾਜੇਗਾ? Under-14, Under-17 ਲੜਕੀਆਂ ਦੀਆਂ। ਹਾਂਜੀ, ਠੀਕ ਹੈ ਜੀ। ਅਤੇ ਜਿਹੜੀ ਇਹ ਤੁਹਾਡੀ ਟੀਮ ਹੈ, ਫੁੱਟਬਾਲ ਦੀ ਟੀਮ ਹੈ ਰਾਜੇ? ਹਾਂਜੀ। ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਖੇਡਦੇ ਨੂੰ? ਸਾਨੂੰ 2 ਸਾਲ ਹੋ ਗਏ।
2 साल हो गए स्कूल वालों खेड रहे हो? हाँ जी पिंड वालों भी खेडते हैं। ठीक है जी, तो स्कूल का सू कि संजोग है राजे? बहुत। तो पिंड वाल पिंड वाल भी पूरा बहुत संजोग है। हाँ जी। जो खेडों का समान वगैरह है ये फिर तुम अपना आप फंड पाने के स्कूल या अपनी पिंड वालों दिता जाता है? नहीं सू पिंड वालों भी दिता जाता तो स्कूल वालों भी तो असी आप भी। ठीक है जी। तो किन्ना चेर प्रैक्टिस करते हो इस टाइम? असी 2 घंटे 5 बजे आ जाने। ठीक है 5 बजे आ जाने तो हम शाम को जाने है ना? हाँ जी। तो थोड़े पेरेंट्स की पूरी सपोर्ट है थोड़ा जी? हाँ जी। ठीक है जी। तो पहला भी थोड़ा किसी क्लब ने किटा बना के दतिया सी? नहीं जी। तो पहला फिर बिना किटा तो कि स्कूल दी किटा सी उन्होंने नाल खेल? स्कूल दी किटा सी ते हुण स्कूल दी एक ही सी।